ਨਿਊਯਾਰਕ ਦੇ ਅਲਬਾਨੀ ਤੋਂ 12 ਸਾਲ ਦੇ ਗੁਰਸਿੱਖ ਬੱਚੇ ਅਰਜਨਵੀਰ ਸਿੰਘ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਤੇ ਆਧਾਰਿਤ ਗੁਰਬਾਣੀ ਕੀਰਤਨ ਦੀ ਗੁਰ ਸ਼ਬਦ ਰਾਗ ਰਤਨ ਐਲਬਮ ਜਾਰੀ ਕੀਤੀ ਗਈ। ਇਹ ਐਲਬਮ ਸਕੱਤਰਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਰਘਵੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਰਾੜਾ ਸਾਹਿਬ ਸੰਪਰਦਾ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨੇ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਜਾਰੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਇਸ ਬੱਚੇ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਬੱਚੇ ਦੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਕਾ ਅਰਜਨਵੀਰ ਸਿੰਘ, ਬਾਬਾ ਬਲਜਿੰਦਰ ਸਿੰਘ, ਰਾੜਾ ਸਾਹਿਬ ਅਤੇ ਡਾਕਟਰ ਗੁਰਨਾਮ ਸਿੰਘ ਨੂੰ ਸਨਮਾਨਿਤ ਵੀ ਕੀਤਾ। ਇਸੇ ਦੌਰਾਨ ਡਾਕਟਰ ਗੁਰਨਾਮ ਸਿੰਘ ਦੁਆਰਾ ਲਿਖੀ ਗਈ ਗੁਰ ਸ਼ਬਦ ਰਾਗ ਰਤਨ ਨਾਮ ਦੀ ਪੁਸਤਕ ਵੀ ਜਾਰੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਰਦਾਰ ਸਤਵਿੰਦਰ ਸਿੰਘ ਟੌੜਾ, OSD ਸਰਦਾਰ ਸਤਵੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਲਵਾਂ, ਮੈਨੇਜਰ ਸਰਦਾਰ ਭਗਵੰਤ ਸਿੰਘ ਤੰਗੇੜਾ ਆਦਿ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬਹੁਤ ਖੁਸ਼ੀਆਂ ਭਰਿਆ ਤੇ ਸੁਭਾਗਾ ਸਮਾਂ ਕਿ ਸਾਡਾ ਭਚੰਗੀ, ਹੁਣ ਭਚੰਗੀ ਨਹੀਂ ਰਿਹਾ, ਮੈਂ ਸਮਝਦਾ ਗਿਆਨੀ ਬਣ ਗਿਆ, ਕਿਉਂਕਿ ਇਹਨੂੰ ਗਿਆਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਅਰਜਨਵੀਰ ਸਿੰਘ ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਰਹਿ ਕੇ 12 ਸਾਲ ਦੀ ਛੋਟੀ ਉਮਰ ਦੇ ਵਿੱਚ ਉਹ ਮਹਾਰਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਜਿਹੜੇ ਰਾਗੀ ਸਿੰਘ ਸਾਰੀ ਜ਼ਿੰਦਗੀ 'ਚ ਨਹੀਂ ਪਕੜ ਚਾਹੁੰਦੇ। ਸੋ ਮੈਂ ਜਿੱਥੇ ਇਸ ਬੱਚੇ ਨੂੰ ਗਿਆਨਵਾਨ ਗਿਆਨੀ ਅਰਜਨਵੀਰ ਸਿੰਘ ਨੂੰ ਵਧਾਈ ਦਿੰਦਾ, ਉੱਥੇ ਨਾਲ ਇਹਨਾਂ ਦੇ ਉਸਤਾਦ ਡਾਕਟਰ ਗੁਰਨਾਮ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ, ਅਤੇ ਚੇਚੇ ਤੌਰ 'ਤੇ ਰਾੜਾ ਸਾਹਿਬ ਵਾਲੇ ਸੰਤ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ, ਜਿਨ੍ਹਾਂ ਨੇ ਮੈਂ ਸਮਝਦਾ ਕਿ ਗੁਰਬਾਣੀ ਦੇ ਕੰਸੈਪਟ ਨੂੰ, ਸਤਿਗੁਰੂ ਜੀ ਦੇ ਇਸ ਪਵਿੱਤਰ ਸਿਧਾਂਤ ਨੂੰ ਘਰ ਘਰ ਦੇ ਵਿੱਚ ਪਹੁੰਚਾਇਆ। ਸੋ ਅੱਜ ਇਸ ਬੱਚੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਬਡਹਾਂਸ ਰਾਗ ਦੇ ਵਿੱਚ ਗਾਇਣ ਵੀ ਕੀਤਾ ਸ਼ਬਦ, ਅਤੇ ਇੱਥੇ ਇਹ ਜਿਹੜੇ ਇਹਨਾਂ ਵੱਲੋਂ ਰਿਲੀਜ਼ ਕੀਤੇ ਗਏ ਸ਼ਬਦ ਉਹ ਵੀ ਅੱਜ ਵੀਡੀਓਗ੍ਰਾਫੀ ਦਿਖਾਉਣੀ ਸਾਰਿਆਂ ਨੂੰ, ਉਹਨਾਂ ਦੇ ਵੀ ਦਰਸ਼ਨ ਕਰਾਏ। ਸੋ ਕਾਮਨਾ ਕਰਦਾ, ਗੁਰੂ ਚਰਨਾਂ 'ਚ ਅਰਦਾਸ ਵੀ ਆ, ਗੁਰ ਕੀ ਸੇਵਾ ਸੋ ਜਨ ਪਾਏ ਜਾਂ ਕੋ ਕਰਮ ਲਿਖਿਆ ਤੋਂ ਰਾਏ। ਇਹ ਜਿਹੜੀ ਪਵਿੱਤਰ ਕੀਰਤਨ ਦੀ ਦਾਤ, ਇਹ ਮੈਂ ਸਮਝਦਾ ਬਹੁਤ ਕੁੱਪਟ ਭਾਗਾ ਪਰਿਵਾਰ ਹੋਵੇ ਉਹਦੀ ਝੋਲੀ ਵਿੱਚ ਪੈਂਦੀ ਆ। ਸੋ ਇਹ ਸਾਡਾ ਸਿੰਘ ਅਰਜਨਵੀਰ ਸਿੰਘ ਜੀ, ਇਹ ਵਧਾਈ ਦੇ ਪਾਤਰ ਆ। ਇਹ ਖਾਲਸਾ ਅਰਜਨਵੀਰ ਸਿੰਘ ਖਾਲਸਾ, ਚਲੋ ਹੋਰ ਆ, ਅੱਜ ਹੋਰ ਐਡ ਹੋ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਇਹਨੂੰ ਬਹੁਤ ਬਹੁਤ ਵਧਾਈ ਦਿੰਦਾ, ਅਤੇ ਇਹਨਾਂ ਦੀ ਦਾਦੀ ਜੀ ਨਾਲ ਆਏ ਆ ਅਤੇ ਸਮੁੱਚੇ ਪਰਿਵਾਰ ਨੂੰ। ਇਹ ਹੁਣ ਕਿਉਂਕਿ ਵੱਡੀ ਗੱਲ ਹੋ ਜੂਗੀ, ਮੈਂ ਕਹਿ ਦਿਆਂ ਅਤੇ ਸਤਿਗੁਰੂ ਜੀ ਦੀ ਗੁਰਬਾਣੀ ਕਹਿੰਦੀ ਆ ਭਈ ਭਗਤਾਂ ਦਾ ਜ਼ਿਕਰ ਆਉਂਦਾ, ਇੱਕ ਇੱਕ ਕੁੱਲਾਂ ਧਾਰ ਦਿੱਤੀਆਂ, ਅਤੇ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹਨੂੰ ਇਹ ਦਾਤ ਜਿਹੜੀ ਸਤਿਗੁਰੂ ਜੀ ਨੇ ਬਖਸ਼, ਅਮੋਲਕ ਦਾਤ, ਇਹਦੀ ਝੋਲੀ ਦੇ ਵਿੱਚ ਰੱਖਣ, ਜਿਹਦਾ ਸਾਰਾ ਸੰਸਾਰ ਦੇ ਉੱਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਵਿੱਤਰ ਸਿਧਾਂਤ ਨੂੰ ਪ੍ਰਫੁੱਲਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਇੱਕ ਵੱਖਰੀ ਹੀ, ਬਿਲਕੁਲ ਹੀ ਇੱਕ ਨਿਵੇਕਲੀ ਪਹਿਲ
ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇੱਕ 12 ਸਾਲ ਦੇ ਭੁਚੰਗੀ ਵੱਲੋਂ ਕੀਤੀ ਜਾ ਰਹੀ ਹੈ। ਵੈਸੇ ਮੇਰੀ ਜਾਣਕਾਰੀ ਵਿੱਚ ਤਾਂ ਹੈ ਨਹੀਂ, ਅਤੇ ਤੁਹਾਡੀ ਜਾਣਕਾਰੀ ਵਿੱਚ ਹੋਵੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਹੁਣ ਡਾਕਟਰ ਗੁਰਚਰਨ ਸਿੰਘ ਜੀ ਦੀ ਬੜੀ ਸਖਤ ਮਿਹਨਤ ਜਾਂ ਇਹਨਾਂ ਦੀ ਲਗਨ ਆਪਾਂ ਕਹਿ ਲਈਏ, ਇਹਨਾਂ ਦੀ ਰਾਹਨੁਮਾਈ ਔਰ ਇਸ ਭੁਚੰਗੀ ਦਾ ਆਪਣਾ ਟੈਲੈਂਟ ਜਾਂ ਇਸ ਦੇ ਮੈਂ ਕਹਿ ਸਕਦਾ ਕਿ ਪਿਛਲੇ ਸੰਸਕਾਰ, ਜੇ ਤੁਸੀਂ ਇਹਦੀਆਂ 2 ਸਾਲ ਦੀਆਂ 1.5 ਸਾਲ ਦੇ ਬੱਚੇ ਦੀਆਂ ਵੀਡੀਓਜ਼ ਦੇਖ ਲਵਾਂਗਾ, ਬੰਦਾ ਅਸਚਰਜ ਹੋ ਜਾਂਦਾ ਹੈ ਵੀ ਇੱਕ 1.5 ਸਾਲ ਦਾ ਬੱਚਾ ਕਿ ਰਾਗੀ ਸਿੰਘ ਦੇ ਨਾਲ ਨਾਲ ਕੀਰਤਨ ਕਰ ਰਿਹਾ, ਗਾ ਰਿਹਾ, ਗੁਰਦੁਆਰਾ ਸਾਹਿਬ ਵਿੱਚ ਜਾਂਦਾ, ਘਰ ਆ ਕੇ ਉਸੇ ਤਰ੍ਹਾਂ ਅਰਦਾਸ ਕਰ ਦਿੰਦਾ। ਇਹ ਅਮੈਰੀਕਾ ਮੇਰੇ ਕੋਲ ਤਕਰੀਬਨ 4.5 ਸਾਲ ਦੀ ਉਮਰ ਦਾ ਸੀ ਜਦੋਂ ਉੱਥੇ ਆ ਕੇ ਕੀਰਤਨ ਕਰਦਾ। ਸੁਣ, ਮੈਂ ਕਿਸੇ ਨੂੰ ਕਹਿੰਦਾ ਸੀ, ਅਗਲੇ ਸੁਣਨ ਵਾਲੇ ਯਕੀਨ ਨਹੀਂ ਸੀ ਕਰਦੇ। ਅੱਜ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ, ਇਸ ਭੁਚੰਗੀ ਨੂੰ ਡਾਕਟਰ ਗੁਰਨਾਮ ਸਿੰਘ ਜੀ ਜੈਸੇ ਉਸਤਾਦ ਮਿਲ ਗਏ ਨੇ ਔਰ ਉਹਨਾਂ ਨੇ ਇਹਦੇ ਪਾਸੋਂ ਗੁਰਬਾਣੀ ਦੇ ਵਿੱਚ ਆਏ 31 ਰਾਗ ਗਵਾਏ ਨੇ। ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਹ ਕਾਰਜ ਸੰਪੰਨ ਹੋ ਗਿਆ ਔਰ ਇਹ ਇੱਕ ਇਤਿਹਾਸਕ ਲਮ੍ਹਾ ਹੈ ਇਸ ਬੱਚੇ ਵਾਸਤੇ ਵੀ, ਦੇਖਿਆ ਜਾਵੇ ਸਮੁੱਚੇ ਸਿੱਖ ਜਗਤ ਦੇ ਬੱਚਿਆਂ ਵਾਸਤੇ, ਜਿਸ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਇੱਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ, ਅਮੀਰੀ ਪੀੜ੍ਹੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਸਕੱਤਰੇਤ ਹੈ ਉੱਥੇ ਇਹ ਜਿਹੜੀ ਗੁਰ ਸ਼ਬਦ ਰਾਗ ਰਤਨ ਇਹ ਆਪਾਂ ਐਲਬਮ ਅੱਜ ਰਿਲੀਜ਼ ਕਰਨ ਜਾ ਰਹੇ ਹਾਂ ਬਾਕਾਇਦਾ ਤੌਰ 'ਤੇ। ਇਹ ਸਾਰੀ ਐਲਬਮ ਔਨਲਾਈਨ ਦੇਖੀ ਜਾ ਸਕਦੀ ਹੈ। ਅੱਜ 3 ਸ਼ਬਦ ਅਸੀਂ ਰਿਲੀਜ਼ ਕਰ ਦਿੱਤੇ ਨੇ। ਹਰੇਕ ਹਫ਼ਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਹਰੇਕ ਹਫ਼ਤੇ 1 ਸ਼ਬਦ ਰਿਲੀਜ਼ ਹੋਇਆ ਕਰੇਗਾ। ਅਤੇ ਬੱਚਿਆਂ ਨੂੰ ਆਪਾਂ ਅਗਰ ਸਿੱਖੀ ਨਾਲ ਜੋੜਨਾ ਤਾਂ ਉਸ ਲਈ ਸਾਨੂੰ ਕੁਝ ਰੋਲ ਮਾਡਲ ਚਾਹੀਦੇ ਹੁੰਦੇ ਨੇ। ਸੋ ਇਸ ਵੇਲੇ ਸਾਰੇ ਵਿਸ਼ਵ ਦੇ ਸਨਮੁੱਖ ਇੱਕ ਰੋਲ ਮਾਡਲ ਨੂੰ ਅਸੀਂ ਸਾਰੇ ਤੁਹਾਡੀ ਸਾਰਿਆਂ ਦੀ ਸਹਿਯੋਗ ਦੇ ਨਾਲ ਔਰ ਸਰਪ੍ਰਸਤੀ ਦੇ ਨਾਲ ਇਸ ਮੌਕੇ ਉੱਤੇ ਆਪਾਂ ਸਾਰੇ ਇਕੱਠੇ ਹੋਏ ਹਾਂ। ਬੜਾ ਵੱਡਾ ਪ੍ਰੋਜੈਕਟ ਸੀ ਇਸ ਬੱਚੇ ਬਾਰੇ, ਜਿਵੇਂ ਬਾਬਾ ਜੀ ਨੇ ਦੱਸਿਆ ਕਿ ਇਹਨਾਂ ਦੀ ਬਲੈਸਿੰਗ ਇਹਨਾਂ ਨੂੰ ਪ੍ਰਾਪਤ ਹੈ ਔਰ ਜਿਹੜੇ ਬਾਹਰ ਦੇ ਬੱਚੇ ਨੇ ਖਾਸ ਤੌਰ 'ਤੇ ਉਹ ਬੜੇ ਜਿਹੜੇ ਪੇਰੈਂਟਸ ਨੇ ਬੜੇ ਚਿੰਤਾ ਤੁਰ ਨੇ ਆਪਣੇ ਬੱਚਿਆਂ ਬਾਰੇ ਔਰ ਇਹਨਾਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਇੱਕੋ ਇੱਕ ਸੁਗਮ ਅਤੇ ਮਿੱਠਾ ਜਿਹੜਾ ਰਸਤਾ ਹੈ ਉਹ ਗੁਰਬਾਣੀ ਹੈ ਔਰ ਗੁਰਬਾਣੀ ਦੇ ਨਾਲ ਜਿਹੜਾ ਸ਼ਬਦ ਦਾ ਉਹਨਾਂ ਨੂੰ ਅਸੀਂ ਗਾਇਨ ਸਿਖਾਉਂਦੇ ਹਾਂ ਉਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਪਰਿਵਾਰ ਹੈ ਔਰ ਕਈ ਕਈ ਪੀੜ੍ਹੀਆਂ ਸਾਡੇ ਨਾਲ ਜੁੜ ਜਾਂਦੀਆਂ ਨੇ ਔਰ ਸਾਰੇ ਹੀ ਸਿੱਖੀ ਵਾਲੇ ਪਾਸੇ ਨੂੰ ਪਰਿਵਰਤਿਤ ਹੋ ਜਾਂਦੇ ਨੇ। ਇਹ ਸਾਰਾ ਪਰਿਵਾਰ ਵੀ ਬਾਬਾ ਜੀ ਦੀ ਅਸੀਸ ਦੀ ਬਦੌਲਤ ਇਸ ਪਾਸੇ ਜੁੜਿਆ ਔਰ ਇਸ ਬੱਚੇ ਨੇ 2 ਸਾਲ ਦੇ ਵਿੱਚ 31 ਰਾਗ ਸਿੱਖੇ ਨੇ। 2 ਸਾਲ ਦੇ ਵਿੱਚ ਗੋਡ ਗਿਫਟਡ ਤਾਂ ਹੈ ਹੀ ਸੀ। ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਬਹੁਤ ਚਿੰਤਾ ਤੁਰ ਹਾਂ ਕਿ ਸਾਡੇ ਸਾਰੇ ਕੀਰਤਨੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚ ਗਾਇਨ ਕਰਨ। ਬੜੀ ਵਾਰੀ ਮੇਰੇ ਸਤਿਕਾਰਯੋਗ ਮਹਿਤਾ ਸਾਹਿਬ ਇੱਥੇ ਬੈਠੇ ਨੇ, ਅਸੀਂ ਬੜੇ ਵਾਰੀ ਸ਼ਤਾਬਦੀ ਸਮਾਗਮ ਵੀ ਕਰਦੇ ਰਹੇ, ਬਹੁਤ ਸਾਰੀਆਂ ਵਰਕਸ਼ਾਪਸ ਵੀ ਕਰਦੇ ਰਹੇ ਔਰ ਰਾਗੀ ਸਿੰਘਾਂ ਨੂੰ ਅਸੀਂ 31 ਰਾਗ ਇੱਥੇ ਅਕਾਲ ਤਖਤ ਸਾਹਿਬ ਦੇ ਸਨਮੁੱਖ ਵੀ ਅਸੀਂ ਬੱਚਿਆਂ ਤੋਂ ਇੱਕ ਵਾਰੀ ਗਵਾਏ ਸੀ ਵਿਦਿਆਰਥੀਆਂ ਤੋਂ। ਤਾਂ ਸਾਡੀ ਇਹੀ ਇੱਛਾ ਹੁੰਦੀ ਹੈ ਕਿ ਰਾਗੀ ਵੀ ਇਹਨਾਂ ਦੇ ਵਿੱਚ ਕੀਰਤਨ ਕਰਨ, ਪਰ ਅੱਜ ਇਸ 12 ਸਾਲ ਦੇ ਬੱਚੇ ਨੇ ਇਹ ਕਾਰਜ ਕਰਕੇ ਜੋ ਗੁਰੂ ਦੀ ਅਸੀਸ ਪ੍ਰਾਪਤ ਕੀਤੀ ਹੈ ਉਹ ਸਾਡਿਆਂ ਸਾਰਿਆਂ ਦੇ ਲਈ ਫਖਰ ਵਾਲੀ ਗੱਲ ਹੈ। ਨਾ ਕੇਵਲ ਇਸ ਨੇ ਗਾਇਨ ਕੀਤਾ ਸਗੋਂ ਬਾਬਾ ਜੀ ਦੇ ਉੱਦਮ ਦੇ ਨਾਲ ਅਸੀਂ ਇਸ ਨੂੰ ਸੁਰਲਿਪੀਬੱਧ ਜਿਹੜਾ ਹੈ ਇੱਕ ਵੈਸਟਰਨ ਢੰਗ ਦੇ ਨਾਲ ਜਿਹੜਾ ਅਸੀਂ ਕਰ ਸਕਦੇ ਹਾਂ
ਉਹ ਵੀ ਸਾਰਿਆਂ ਨੂੰ ਅਸੀਂ ਦਿੱਤਾ। ਇੱਥੇ ਹੀ ਮੈਂ ਦੱਸਣਾ ਚਾਹੁੰਦਾ ਪ੍ਰਧਾਨ ਜੀ ਔਰ ਸਾਰੇ ਮਹਿਤਾ ਸਾਹਿਬ ਨੂੰ ਔਰ ਸਾਰੇ ਟੌੜਾ ਸਾਹਿਬ ਬੈਠੇ ਨੇ, ਤੁਸੀਂ ਸਾਰੇ ਬੈਠੇ ਹੋ ਸਾਡੀ ਸਿੱਖ ਕੌਮ ਦੇ, ਔਰ ਸਿੰਘ ਸਾਹਿਬ ਨੇ ਤਾਂ ਹਮੇਸ਼ਾ ਹੀ ਸਾਨੂੰ ਸਰਪ੍ਰਸਤੀ ਪਹਿਲਾਂ ਵੀ ਦਿੱਤੀ ਹੈ। ਔਰ ਮੈਂ ਚਾਹਾਂਗਾ ਕਿ ਇਸ ਵੇਲੇ ਸਾਰੇ ਦੁਨੀਆ ਦੇ ਜਿਹੜੇ ਵਰਲਡ ਆਫ ਮਿਊਜ਼ਿਕ ਨੇ ਉਹਦੇ ਵਿੱਚ ਜਿੰਨੇ ਮਿਊਜ਼ਿਕ ਦੇ ਡਿਪਾਰਟਮੈਂਟ ਨੇ ਧਾਮੀ ਸਾਹਿਬ, ਉਹਦੇ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ, ਕਿਉਂਕਿ ਇਹ ਜਿਹੜੇ ਰਾਗ ਨੇ ਸਾਡੇ ਇਹ ਇਲਾਹੀ ਰਾਗ ਨੇ, ਕਿਉਂਕਿ ਇਲਾਹੀ ਬਾਣੀ ਨਾਲ ਆਏ ਨੇ। ਇਹ ਰਾਗ ਜਿਹੜੇ ਨੇ ਭਾਰਤੀ ਸੰਗੀਤ ਨਾਲੋਂ ਵੱਖਰੇ ਨੇ, ਔਰ ਇਹਨਾਂ ਦੀ ਜਿਹੜੀ ਸੁਰਾਤਮਕ ਸੁਗੰਧੀ ਹੈ ਉਹ ਵੱਖਰੀ ਹੈ। ਇਹ ਗੁਰੂ ਸਾਹਿਬ ਦੀ ਆਪਣੀ ਬਖਸ਼ਿਸ਼ ਹੈ ਸਾਡੇ 'ਤੇ। ਅਗਰ ਆਪਣੀਆਂ ਜਨਰੇਸ਼ਨ ਤੱਕ ਅਸੀਂ ਸਿੱਖੀ ਨੂੰ ਜਿਹੜਾ ਹੈ ਉਹ ਬਚਾਉਣਾ ਚਾਹੁੰਦੇ ਹਾਂ, ਸੁਰੱਖਿਅਤ ਰੱਖਣਾ ਚਾਹੁੰਦੇ ਹਾਂ, ਅਤੇ ਇਹ ਰਾਗ ਔਰ ਰਾਗ ਦੀ ਜਿਹੜੀ ਸੁਗੰਧੀ ਹੈ, ਜਿਹੜੀ ਸੁਰਾਤਮਕ ਸੁਗੰਧੀ ਹੈ, ਉਸ ਨੂੰ ਅਸੀਂ ਘਰਾਂ ਘਰਾਂ ਵਿੱਚ ਪ੍ਰਵੇਸ਼ ਕਰਵਾ ਦਈਏ। ਔਰ ਬਾਬਾ ਜੀ ਦੇ ਉੱਦਮ ਦੇ ਨਾਲ ਅਸੀਂ ਇਹ ਉਪਰਾਲਾ ਕੀਤਾ, ਤੁਸੀਂ ਸਾਨੂੰ ਸਾਰੇ ਅਸੀਸ ਦਿਓ ਤਾਂ ਕਿ ਹਰ ਘਰ ਦੇ ਵਿੱਚ ਅਸੀਂ 31 ਰਾਗ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਉਹ ਹਰ ਘਰ ਵਿੱਚ ਬੱਚੇ ਬੱਚੀਆਂ ਨੂੰ ਸਿਖਾ ਸਿਖਾ ਕੇ ਉਹਨਾਂ ਨੂੰ ਗੁਰੂ ਦੀ ਬਾਣੀ ਨਾਲ ਜੋੜ ਦਈਏ, ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਈਏ। ਔਰ ਮੈਂ ਹੁਣੇ ਹੀ ਗੱਲ ਕਰ ਰਿਹਾ ਸੀ ਕਿ ਮੈਂ ਇਨਵਾਈਟ ਕਰ ਰਿਹਾ ਸੀ ਮਹਿਤਾ ਸਾਹਿਬ ਨੂੰ, ਮੈਂ ਕਿਹਾ ਧਾਮੀ ਸਾਹਿਬ ਨੂੰ ਲੈ ਕੇ ਆਓ ਕਦੇ ਬਾਹਰ, ਅਤੇ ਉੱਥੇ ਦੇ ਜਿਹੜੇ ਸਿੰਘ ਨੇ ਸਾਰੇ ਉਹ ਆ ਕੇ ਸਾਡੇ ਨਾਲ ਜੁੜਨਗੇ, ਕਿਉਂਕਿ ਉਹ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੁੰਦੇ ਨੇ ਔਰ ਸੰਗੀਤ ਦੇ ਨਾਲ ਜੋੜਨਾ ਚਾਹੁੰਦੇ ਨੇ, ਸ਼ਬਦ ਕੀਰਤਨ ਉਹਨਾਂ ਦੇ ਘਰਾਂ ਵਿੱਚ ਉਹਨਾਂ ਨੂੰ ਆਪਣੇ ਨਾਲ ਜੋੜਨ ਦਾ ਇੱਕ ਵੱਡਾ ਉਪਰਾਲਾ। ਸੋ ਤੁਹਾਡੇ ਸਾਰਿਆਂ ਦੇ ਉੱਦਮ ਦੇ ਨਾਲ ਇਹ ਜੋ ਅੱਜ ਇਤਿਹਾਸਿਕ ਕਾਰਜ ਹੋ ਰਿਹਾ, ਇਸ ਨੂੰ ਤੁਸੀਂ ਆਪ ਮਾਣੋ। ਔਰ ਇਹ ਪੁਸਤਕ ਸਾਰਿਆਂ ਦੇ ਲਈ ਬਾਬਾ ਜੀ ਵੱਲੋਂ ਅਸੀਂ ਜਿਹੜੀ ਹੈ ਬਿਨਾਂ ਕਿਸੇ ਭੇਟਾ ਤੋਂ ਹਰ ਘਰ ਦੇ ਵਿੱਚ ਵੈਸਟਰਨ ਨੋਟੇਸ਼ਨ ਦੇ ਨਾਲ ਨਾਲ ਅੰਗਰੇਜ਼ੀ ਨੋਟੇਸ਼ਨ ਦੇ ਨਾਲ ਨਾਲ ਅਸੀਂ ਪਹੁੰਚਾ ਰਹੇ ਹਾਂ, ਕਿਉਂਕਿ ਉੱਥੇ ਦੇ ਬੱਚੇ ਵਾਇਲਨ ਵੀ ਸਿੱਖ ਰਹੇ ਨੇ ਔਰ ਨਾਲ ਸਾਡੇ ਕੀਰਤਨ ਵੀ ਸਿੱਖ ਰਹੇ ਨੇ, ਔਰ ਇਹ ਬੱਚਾ ਸਾਡਾ ਰੋਲ ਮਾਡਲ ਹੈ। ਅਸੀਂ ਚਾਹੁੰਦੇ ਹਾਂ ਕਿ ਐਸੇ ਹੋਰ ਬੱਚਿਆਂ ਨੂੰ ਵੀ ਸਿਖਾ ਸਿਖਾ ਕੇ ਅਸੀਂ ਵਾਇਲਨ ਵੀ ਆਪਣੇ ਸਕੂਲ ਦੇ ਵਿੱਚ, ਔਰ ਵਾਇਲਨ ਦੇ ਵਿੱਚ ਵੀ ਇਹ ਬਹੁਤ ਅੱਛਾ ਵਾਇਲਨ ਵਾਦਕ ਵੀ ਹੈ। ਸੋ ਐਸੇ ਬੱਚੇ ਜਦੋਂ ਸਾਡੇ ਵਰਲਡ ਆਫ ਮਿਊਜ਼ਿਕ ਦੇ ਵਿੱਚ ਜਾਣਗੇ, ਬਾਹਰ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਜਾਣਗੇ ਔਰ ਗੁਰੂ ਦੇ ਰਾਗਾਂ ਦੀ ਗੱਲ ਕਰਨਗੇ, ਗੁਰੂ ਦੇ ਸੰਗੀਤ ਦੀ ਗੱਲ ਕਰਨਗੇ, ਤਾਂ ਨਿਸ਼ਚੇ ਹੀ ਸਾਡਾ ਜਿਹੜਾ ਸਿੱਖ ਪੰਥ ਦਾ ਜਿਹੜਾ ਸੰਗੀਤਕ ਔਰ ਗੁਰਮਤਿ ਸੰਗੀਤ ਦਾ ਜਿਹੜਾ ਪਰਚਮ ਹੈ ਉਹ ਸਾਰੀ ਦੁਨੀਆ ਵਿੱਚ ਲਹਿਰਾਏਗਾ, ਕਿਉਂਕਿ ਇਸ ਵੇਲੇ ਦੁਨੀਆ ਦੇ ਵਰਲਡ ਆਫ ਮਿਊਜ਼ਿਕ ਵਿੱਚ ਸਾਡੇ ਵਰਗਾ ਮਿਊਜ਼ਿਕ ਕਿਸੇ ਕੋਲ ਨਹੀਂ ਹੈ। ਅਸੀਂ ਕ੍ਰਿਸਚੈਨਟੀ ਜਾਂ ਕਿਸੇ ਹੋਰ ਧਰਮ ਦੇ ਕੋਲੋਂ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ, ਪਰ ਜੋ ਸਾਡੇ ਕੋਲ ਇਲਾਹੀ ਸੰਗੀਤ ਆ ਉਹ ਕਿਸੇ ਕੋਲ ਨਹੀਂ, ਔਰ ਇਸ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਦਾ ਜਿਹੜਾ ਸਿਲਸਿਲਾ ਆਪਾਂ ਅੱਜ ਇੱਥੇ ਸ਼ੁਰੂ ਕਰ ਰਹੇ ਹਾਂ, ਉਹਦੇ ਲਈ ਤੁਹਾਡੇ ਸਾਰਿਆਂ ਦੀ ਸਾਨੂੰ ਅਸੀਸ ਚਾਹੀਦੀ ਹੈ।